ਭਾ ਕਿੰਨੇ ਦੀ ਟੋਪੀ ਇਹ ਕੋਈ ਡਿਸਕਾਊਂਟ ਹੰਬ ਹਾਰ ਕੇ ਸਮਾਨ ਥੱਲੇ ਛੱਡਤਾ ਤੇ ਹੁਣ ਸਾਹ ਲੈ ਰਹੇ ਆ ਸਾਹ ਫਿਰ 10 ਮਿੰਟ ਸਾਹ ਕੱਪੜੇ ਸਿੱਟੇ ਹੋਏ ਆ ਚੱਕ ਲਓ 50 ਪੈਨੀ ਦਾ ਇੱਕ ਖਲਾਰ ਕੇ ਲਾ ਭਰਾ ਪਾਉਣਾ ਪਹਿਲਾਂ ਟਾਈਮ ਦੇ ਨਾਲ ਘੱਟੋ ਘੱਟ 11-10 ਵਜੇ ਨੂੰ ਉਦੋਂ ਮੇਲਾ ਸੀ ਪੂਰਾ ਭਖਿਆ ਹੁਣ ਮੇਲਾ ਹੋਇਆ ਜਾਂਦਾ ਲਓ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸੀ ਘੈਂਟ ਹੋਵੋਗੇ ਅਤੇ ਅੱਜ ਕਹਿੰਦੇ ਧੁੱਪ ਬੜੀ ਕਰਾਈ ਲੱਗੀ ਆ ਮੈਂ ਨਹਾ ਧੋ ਕੇ ਧੁੱਪ 'ਚ ਪੈ ਗਿਆ ਅਤੇ ਅੱਜ ਦਿਨ ਐਤਵਾਰ ਸੰਡੇ ਸਭ ਤੋਂ ਪਹਿਲਾਂ ਹੁਣ ਆਪਾਂ ਚੱਲਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਜਾਣਾ ਆਪਾਂ ਸੰਡੇ ਮਾਰਕੀਟ ਜਿੱਥੇ ਲੰਡਨ ਦਾ ਚੌੜਾ ਬਾਜ਼ਾਰ ਆ ਜਿੱਥੇ ਸੇਲਾਂ ਲੱਗੀਆਂ ਘਰ ਦਾ ਸਮਾਨ ਫਰੂਟ ਸਬਜ਼ੀਆਂ ਸਭ ਕੁਝ ਬਹੁਤ ਸਸਤਾ ਮਿਲਦਾ ਅਤੇ ਆਪਾਂ ਉੱਥੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਜਾਣਾ ਮੱਥਾ ਟੇਕ ਕੇ ਸੰਡੇ ਆ ਉਦੋਂ ਬਾਅਦ ਫਿਰ ਉਹ ਮਾਰਕੀਟ ਜਾਣਾ ਚੌੜਾ ਬਾਜ਼ਾਰ ਜਿਹਨੂੰ ਕਹਿ ਦਈਏ ਲੰਡਨ ਦਾ ਅਤੇ ਆਪਾਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਅਤੇ ਤੁਹਾਨੂੰ ਦਿਖਾਉਣੇ ਸਮਾਨ ਤੋ ਮਿੱਤਰੋ ਅਸੀਂ ਮੈਂ ਤਾਂ ਸਮਰੀਦ ਬਹਿ ਗਏ ਧੁੱਪੇ ਧੁੱਪ ਦਾ ਲੈ ਰਹੇ ਆਨੰਦ ਅਤੇ ਅਸੀਂ ਹੁਣ ਚੱਲੇ ਹਾਂ ਬਾਹਰ ਉਹ ਪੀ ਲੰਘ ਗਈ ਆ ਮੈਂ ਕਿਹਾ ਬੱਸ ਲੰਘ ਗਈ ਕਹਿੰਦੀ ਪੀ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਿਉਂ ਜੇ ਸੰਡੇ ਆ ਫਿਰ ਆਪਾਂ ਕਿੱਥੇ ਜਾਣਾ ਪੁੱਤ ਬਾਹਰ ਮਾਰਕੀਟ ਕੱਪੜੇ ਲੈ ਕੇ ਆਉਣੇ ਆ ਚੌੜੇ ਬਾਜ਼ਾਰ ਜਾਣਾ ਨਾ ਕਿੱਥੇ ਆ ਨਾ ਬਾਹਰ ਤੇ ਸਾਰਿਆਂ ਨੂੰ ਬਾਏ ਕਰਦੇ ਫਿਰ ਤੂੰ ਕਿਆ ਥੈਂਕ ਕਿਆ ਥੈਂਕ ਯੂ ਕਿਆ ਥੈਂਕ ਯੂ ਮੇਰਾ ਨਾਂ ਕੀ ਆ ਮੇਰਾ ਨਾਂ ਕੀ ਆ ਮੇਰਾ ਨਾਂ ਕੀ ਆ ਮੇਰਾ ਨਾਂ ਕੀ ਆ ਕਿਆ ਗੋਆ ਤੇ ਆਹ ਫੋਟੋ ਕਿਹਦੀ ਆ ਇਹ ਫੋਟੋ ਕਿਹਦੀ ਆ ਕਿਹਦੀ ਫੋਟੋ ਆ ਦਾਦੀ ਨੂੰ ਪਤਾ ਵੀ ਦਾਦੀ ਦੀ ਫੋਟੋ ਆ ਤੇ ਆਪਾਂ ਹੁਣ ਕਿੱਥੇ ਚੱਲੇ ਆ ਬਾਹਰ ਬਾਹਰ ਦੇ ਨਾਲ ਬੜਾ ਖੁਸ਼ ਆ ਤੇ ਧੁੱਪ ਬੜੀ ਜ਼ਿਆਦਾ ਕੱਢੀ ਆ ਹੁਣ ਮੌਸਮ ਗਰਮੀ ਦਾ ਆ ਗਿਆ ਕਿੱਥੇ ਚੱਲਣਾ ਬਾਹਰ ਹੀ ਕਰਨਾ ਜਾ ਕੇ ਕੀ ਕਰਨਾ ਬਾਹਰ ਮੈਂ ਨਹੀਂ ਜਾਣਾ ਗਾ ਜਾ ਤੂੰ ਬਾਏ ਜਾ ਫਿਰ ਤੂੰ ਮੈਂ ਨਹੀਂ ਜਾਣਾ ਗਾ ਬਾਏ 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 ਹੁਣ ਆਪਾਂ ਕੱਲੀ ਟੀ ਸ਼ਰਟ ਜਾਣਾ ਗਰਮੀ ਵਾਕੇ ਬਹੁਤ ਆ ਹੈਂ ਗਰਮੀ ਕਿੰਨੇ ਮਿੰਟ ਬੱਸ ਆ ਹਾਂ ਗਰਮੀ ਵੇਲੋ ਕਾਫੀ ਆ ਤਾਂ ਕਰਕੇ ਆਪਾਂ ਕੱਲੀ ਟੀ ਸ਼ਰਟ ਪਾਈ ਆ ਹੁਣ ਗਰਮੀਆਂ ਦਿਨ ਆ ਗਏ ਆ ਹੁਣ ਘੁੰਮਣ ਘੁੰਮਣ ਜਾਇਆ ਕਰਾਂ ਗਰਮੀਆਂ ਦੇ ਵਿੱਚ ਘੁੰਮਣਾ ਕਿਸੇ ਬਾਹਰ ਹੀ ਜਾਣਾ ਬਰੋਡਵੇ ਜਾ ਵੜੇ ਘਰ ਜਾ ਵੜੇ ਬਸ ਸਾਰਾ ਆਠ ਦਿਨ ਕੰਮ ਦੀ ਟੈਨਸ਼ਨ ਹੁੰਦੀ ਕੰਮ 'ਤੇ ਜਾਣਾ ਭੱਜਦੀ ਵੇ ਭੱਜ ਇੱਧਰ ਆ ਇੱਧਰ ਆ ਮਿੱਤਰੋ ਹੁਣ ਆਪਾਂ ਬਸ ਤੋਂ ਇੱਧਰ ਗੁਰੂ ਘਰ ਚੱਲਦੇ ਪਹਿਲਾਂ ਫਿਰ ਤੋਂ ਬਚਣਾ ਮਾਰਕੀਟ ਵਿੱਚ ਅੱਜ ਸੰਡੇ ਆਪਾਂ ਹੁਣ ਚੱਲਦੇ ਹਾਂ ਗੁਰੂ ਘਰ ਇਹ ਚੁਰਸਤਾ ਜਿਹੜਾ ਗੁਰੂ ਘਰ ਦੇ ਨਾਲ ਧੱਕੇ ਧੁੱਕੇ ਖਾਵੇ ਪੂਰਾ ਡੇਢ ਘੰਟਾ ਬੱਸਾਂ 'ਚ ਜਾਮ 'ਚ ਫਸ ਕੇ ਮਸਾਂ ਪਹੁੰਚੇ ਹਾਂ ਮਾਰਕੀਟ ਉਹ ਵੀ ਮਾਰਕੀਟ ਵੀ ਹੁਣ ਬੰਦ ਹੋਣ ਵਾਲੀ ਆ ਟਾਈਮ 2:45 ਦੇ ਕਰੀਬ ਆ 3 ਵਜੇ ਮਾਰਕੀਟ ਬੰਦ ਹੋ ਜਾਂਦੀ ਆ ਧੱਕੇ ਧੁੱਕੇ ਖਾ ਕੇ ਪਹੁੰਚੇ ਮਸਾਂ ਹੁਣ ਆਪਾਂ ਦੇਖਦੇ ਮਾਰਕੀਟ ਕਿੰਨੀ ਖੁੱਲ੍ਹੀ ਹੈ ਹੁਣ ਪਹੁੰਚਿਆ ਮਾਰਕੀਟ ਵੈਸਟਰਨ ਇੰਟਰਨੈਸ਼ਨਲ ਮਾਰਕੀਟ ਕਾਫੀ ਮਾਰਕੀਟ ਮਾਰਕੀਟ ਵੀ ਖਤਮ ਹੋਣ ਵਾਲੀ ਆ ਫਿਰ ਪੂਰਾ ਪੈਂਦਾ ਗਾ ਸਟਾਰਟਿੰਗ ਕਾਫੀ ਰੌਣਕ ਆ ਦੇਖ ਰਹੇ ਹਾਂ ਵੈਸੇ ਤਾਂ ਬੰਦ ਵੀ ਹੋਣ ਵਾਲੀ ਆ ਲੋਕ ਐਂਟਰ ਹੁੰਦੇ ਆਪਾਂ ਮਾਰਕੀਟ 'ਚ
गर्मिया तो हाँ कुल्फी पानी लैने पर डब्बे लैने कच दे सब्जी बहुत The blue, the wire to the Sony. Yeah, the Sony wire. There's a Sony wire. Different color. Short. चौड़ा भी यार लंदन का लुधियाने का ਪਾ ਕਿੰਨੇ ਦੀ ਟੋਪੀ ਇਹ ਕੋਈ ਡਿਸਕਾਊਂਟ ਡਿਸਕਾਊਂਟ ਦੇ ਪੰਜਾਂ ਪੁੰਜਾਂ ਦੇ ਯਾਰ ਹੈ ਬਾਈ ਕੱਚ ਦੇ ਹੈਗੇ ਬਾਕਸ ਯਾਰ ਇਹ ਤੋਂ ਛੋਟੇ ਹੋਣਗੇ ਹੈ ਵੈਗੇ ਯਾਰ छोटे चाहिए यार शूज दस पाउंड तो ये होंगे बेकार ही है मेला तो होना फायदा है घरों भरा पाने पहला टाइम के नाल घट्टो घट ग्यारह दस बजे न उदो मेला सी पूरा भखिया हूँ मेला हो जाता है घरों हूँ तो रेंद खून जी सारी रह गई थी जिनी भी सारी रेंद खून रह गई है जो चंगा समान से लोग सारे लै गए घर सारी सारे लै गए घर लोग समान हूँ तो रेंद खून लो भी समान लै सकते जो मर्जी पर आप जो लैना सी पहले ही लग गया समान डब्बे डुब्बे चाहिए हैं अपन ਇਹਦਾ ਮੇਲਿਆਂ ਵਾਲੀ ਫੀਲਿੰਗ ਆਉਂਦੀ ਪੂਰੀ ਜੇ ਮੇਲੇ ਲਾਏ ਤਾਂ ਮੇਲਿਆਂ ਲਾਏ ਹੁੰਦੇ ਇੱਦਾਂ ਮਿੱਤਰੋ ਚੱਲਦੇ ਹਾਂ ਵਾਪਸੀ मित्रों जो आना संडे मार्केट के आना है तो घट्टो घट दस बजे दिन आओ जे तुम सारा समान घर का लेना मेरे आऊँ तो आऊँगा ढाई बजे नू फिर तो तुम रेंद खून ही मिलनी सारी मार्केट रेंद खून सेम डिटो जिदा लुधियाने के चौड़े बाजार सीधा लगी हैं बस वो पर मेरे ख्याल ना मैं जो रेट ट्राई किए जेट ट्राई किए मैं लगता भी रेट सारे महंगे इतने एक ना की सेल आ चलो संडे जोड़े भी कम करते चलो जिन्होंने जो संडे कम करते उन्होंने छुट्टी होंगी सारे तो वो मार्केट इतने लगती है तो एंड ऑफ डे मैनू लग्या भी मार्केट महंगी आ जो प्राइज़ आप शॉप तो लेने हैं सेम प्राइज़ मिलता अपन इतों इतने भी मार्केट ये
ਵੀ ਅੱਜ ਸੰਡੇ ਆ, ਸੰਡੇ ਸਾਰਿਆਂ ਨੂੰ ਤਕਰੀਬਨ ਛੁੱਟੀ ਹੁੰਦੀ ਆ, ਉਹ ਕਹਿੰਦੇ ਚਲੋ ਇੱਕ ਤਾਂ ਸੰਡੇ ਮਾਰਕੀਟ ਚੱਲਦੇ ਹਾਂ, ਇੱਕ ਤਾਂ ਫੰਕਸ਼ਨ ਕਰਾਉਂਦੇ ਹਾਂ, ਨਾਲੇ ਆਪਦਾ ਟਾਈਮ ਸਪੈਂਡ ਹੋ ਜੂਗਾ, ਨਾਲੇ ਮਾਰਕੀਟ ਘੁੰਮ ਆਉਂਦੇ ਹਾਂ, ਨਾਲੇ ਜਿਹਨੂੰ ਕੋਈ ਕੰਮਾਂ ਵਾਲੇ ਕੱਪੜੇ, ਜਿਹਦੇ ਕੋਈ ਕੰਮਾਂ ਵਾਲੇ ਕੱਪੜੇ ਲੈਣੇ, ਸਸਤੇ ਲੈਣੇ ਹੁੰਦੇ ਆ, ਅਗਲਾ ਉਹ ਲੈ ਲੈਂਦਾ ਕੰਮਾਂ ਵਾਲੇ। ਅਤੇ ਖਾਣ ਮਤਲਬ ਵਰਾਇਟੀ ਸਾਰੀ ਆ, ਖਾਣ ਤੋਂ ਲੈ ਕੇ ਪਾਉਣ ਤੱਕ, ਨਹਾਉਣ ਤੱਕ, ਘਰ ਦਾ ਏ ਟੂ ਜੈਡ ਸਮਾਨ ਮਿਲਦਾ। ਪਰ ਮੇਰੇ ਹਿਸਾਬ 'ਤੇ ਮੈਨੂੰ ਲੱਗਾ ਵੀ ਸਮਾਨ ਥੋੜ੍ਹਾ ਜਿਹਾ ਮਹਿੰਗਾ ਹੈ ਇੱਥੇ, ਸੇਮ ਹੀ ਰੇਟ ਆ ਮਾਰਕੀਟ ਵਾਂਗੂ। ਚਲੋ ਇੱਕ ਮਾਰਕੀਟ ਲੱਗੀ, ਉਹਦੇ ਕਰਕੇ ਚਲਾ ਲਾਂਗਾ ਜੀ, ਸੰਡੇ ਮਾਰਕੀਟ ਚੱਲਦੇ ਆ, ਬਸ ਆਹ ਸਿਸਟਮ ਆ। ਹੁਣ ਆਪਾਂ ਚੱਲਦੇ ਹਾਂ, ਉਹ ਸਾਹਮਣੇ ਹੈਗੀ ਟੈਸਕੋ, ਉੱਥੇ ਥੋੜ੍ਹਾ ਮੋਟਾ ਸਮਾਨ ਆ, ਦੇਖਦੇ ਹਾਂ ਜੇ ਲੈਣਾ ਤਾਂ, ਨਹੀਂ ਤਾਂ ਆਪਣੇ ਨਾਲ ਦੀ ਪਾਰਟੀ 'ਤੇ ਸ਼ੋਪਿੰਗ ਕਰਦੀ ਪਈ ਸਮਾਨ ਲੈ ਰਹੀ ਆ, ਅਤੇ ਆਪਾਂ ਉੱਥੇ ਚੱਲਦੇ ਹਾਂ। ਪਰ ਹੈਗੀ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਜੋ ਟੇਕਿਆ, ਚਲੋ ਬੱਸ ਦੀ ਵੇਟ ਕੀਤੀ 10-15 ਮਿੰਟ, ਬੱਸ ਵਿੱਚ ਬਹਿ ਗਏ, ਉੱਧਰ ਜਾਮ ਨੇ ਲਹੂ ਪੀਲਿਆ ਸੰਡੇ ਕਰਕੇ, ਘੱਟੋ ਘੱਟ ਮੈਨੂੰ ਜਿਹੜੀ 10 ਮਿੰਟ ਦੀ ਜਾਂ 15 ਮਿੰਟ ਦੀ ਬੱਸ ਦੀ ਵਾਰ ਸੀ, ਉਹ ਮੈਨੂੰ ਘੱਟੋ ਘੱਟ ਵੀ 1.5 ਘੰਟੇ 'ਚ ਪਈ ਆ। ਉਹ ਐਂ ਪਈ ਕਿ ਰਸ਼ ਬਹੁਤ ਜ਼ਿਆਦਾ ਸੀਗਾ ਅਤੇ ਜਾਮ ਬਹੁਤ ਲੱਗੇ, ਟ੍ਰੈਫਿਕ ਬਹੁਤ ਜ਼ਿਆਦਾ ਸੰਡੇ ਕਰਕੇ, ਇਸ ਕਰਕੇ ਆਪਾਂ ਚਲੋ ਟਾਈਮ ਸਿਰ ਪਹੁੰਚ ਗਏ ਹਾਂ, 2:30-3 ਵਜੇ ਆਪਾਂ ਪਹੁੰਚ ਗਏ ਮਾਰਕੀਟ 'ਚ। ਆਹ ਵੇਲੋ ਭਰਾਵਾ, ਆਏ ਤੱਕ ਹੋਰ ਸੰਡੇ ਮਾਰਕੀਟ ਕੁਛ ਲੈਣ 'ਚ ਲੈ ਆਏ ਹਾਂ, ਅਤੇ ਸਿਆਪਾ ਪਵਾ ਲਿਆ, ਚੱਕ ਕੇ 4 ਬੈਗ ਮੈਨੂੰ ਚੁਕਾਏ ਆ, 2 ਉਹਨੇ ਚੱਕੇ ਆ, ਚੀਰੀ ਹੰਬ ਹਾਰ ਕੇ ਸਮਾਨ ਥੱਲੇ ਛੱਡਤਾ, ਅਤੇ ਹੁਣ ਸਾਹ ਲੈ ਰਹੇ ਹਾਂ, ਸਾਹ ਫਿਰ 10 ਮਿੰਟ ਸਾਹ ਲੈ ਲਈ। ਉਹ 105 ਉਹ ਵੀ ਗਈ, ਓਏ ਉਹ ਵੀ 105 ਹੁਣ ਚੜ੍ਹ ਜਾਣੇਗੀ।